ਮੱਦੇਨਜ਼ਰ ਅੰਮ੍ਰਿਤਸਰ ਪੁਲਿਸ ਵੱਲੋਂ ਸੁਰੱਖਿਆ ਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਅੰਮ੍ਰਿਤਸਰ ਵਿੱਚ ਰੇਲਵੇ ਸਟੇਸ਼ਨ, ਗੁਰੂ ਨਾਨਕ ਹਸਪੀਟਲ, ਸਿਵਲ ਹਸਪੀਟਲ ਅਤੇ ਬੱਸ ਸਟੈਂਡ ਉੱਤੇ ਵਿਆਪਕ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ। ਪੁਲਿਸ ਦੇ ਮੁਤਾਬਕ ਇਵੇਂ ਤਾਂ ਹਰ ਰੋਜ਼ ਉਹਨਾਂ ਦੀ ਮੁਸਤੈਦੀ ਚੱਲ ਰਹੀ ਹੈ, ਲੇਕਿਨ ਲੋਕ ਸਭਾ ਚੁਣਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਤੌਰ ਉੱਤੇ ਇਹ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਗਲਤ ਆਂਸਰ ਫੜ ਵਿੱਚ ਆ ਸਕਣ। ਇਹ ਸੀਪੀ ਸਾਹਿਬ ਵੱਲੋਂ ਜਿਹੜੀਆਂ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਲੋਕ ਸਭਾ ਇਲੈਕਸ਼ਨਾਂ ਨੂੰ ਮੁੱਖ ਰੱਖਦੇ ਹੋਏ, ਜਿਹੜੀ ਸਪੈਸ਼ਲ ਅਸੀਂ ਸਰਚ ਜਿਹੜਾ ਅਭਿਆਨ ਚਲਾਇਆ ਹੋਇਆ ਇਸ ਟਾਈਮ ਜਿਹੜੇ ਹੈਗੇ ਅਸੀਂ ਚਾਰ ਜਗ੍ਹਾ 'ਤੇ ਸਰਚ ਕਰ ਰਹੇ ਹਾਂ। ਜਿਹੜੇ ਗੁਰੂ ਨਾਨਕ ਹਸਪਤਾਲ, ਬੱਸ ਸਟੈਂਡ ਅਤੇ ਸਿਵਲ ਹਸਪੀਟਲ ਦੇ ਵਿੱਚ ਜਿਹੜੀ ਆ ਸਾਡੀ ਸਰਚ ਜਿਹੜੀ ਆ ਚੱਲ ਰਹੀ ਆ ਤਾਂ ਜੋ ਜਿਹੜੇ ਮਾੜੇ ਆਂਸਰ ਹੈਗੇ ਆ ਉਹਨਾਂ ਨੂੰ ਕਾਬੂ ਪਾਇਆ ਜਾ ਸਕੇ। ਨਹੀਂ, ਅਸੀਂ ਜਿਹੜਾ ਹੈਗਾ ਕਿਉਂਕਿ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੀ ਅਸੀਂ ਸਰਚ ਕਰਵਾ ਰਹੇ ਹੈਗੇ, ਕੋਈ ਇਸ ਤਰ੍ਹਾਂ ਦੀ ਜਿਹੜੀ ਫਿਲਹਾਲ ਕੋਈ ਇੱਦਾਂ ਦੀ ਨਹੀਂ। ਡੇਲੀ ਜਿਹੜੀ ਔਲਰੇਡੀ ਸਾਡੀ ਜਿਹੜੀ ਹੈ ਅਲੱਗ ਅਲੱਗ ਪਲੇਸਿਸ 'ਤੇ ਡੇਲੀ ਜਿਹੜੀ ਸਰਚ ਚੱਲ ਰਹੀ ਆ। ਅਸੀਂ ਜਿਹੜਾ ਸਿਟੀ ਨੂੰ ਸੀਲਿੰਗ ਪੁਆਇੰਟ ਜਿਹੜੇ ਸਾਡੇ ਲੱਗੇ ਹੋਏ ਨਾਕੇ ਵਗੈਰਾ ਲੱਗੇ ਹੈਗੇ ਆ, ਇਸੇ ਤਰ੍ਹਾਂ ਜਿਹੜੇ ਸਾਡੇ ਅਲੱਗ ਅਲੱਗ ਜਗ੍ਹਾ 'ਤੇ ਜਿਹੜੇ ਹੈਗੇ ਸਰਚ ਆਪਰੇਸ਼ਨ ਜਿਹੜੇ ਰੈਗੂਲਰ ਚੱਲ ਰਹੇ ਆ। ਸਾਡੇ ਨਾਲ ਜਿਹੜੇ ਪੈਰਾਮਿਲਟਰੀ ਫੋਰਸ ਦੇ ਸਾਡੇ ਕੋਲ ਨਾਕੇ ਆ, ਕਮਾਂਡੋ ਆ ਸਾਡੇ ਕੋਲ, ਜਿਹੜੀ ਹੈੱਡ ਟੀਮਸ ਹੈਗੀਆਂ, ਅਤੇ ਅਸੀਂ ਜਿਹੜੀ ਐਂਟੀ ਸਿਵਰ ਟੀਮ ਦੇ ਨਾਲ ਲੈ ਕੇ ਅਸੀਂ ਜਿਹੜੇ ਸਰਚ ਕਰ ਰਹੇ ਹਾਂ।